ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬਲਟਿਨ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਦੇ ਬਾਧੇ ਅੰਜ ਹੁਣ ਦੇ ਪਹਿਲੇ ਵੱਡੀ ਖਬਰ ਦੇ ਵੱਲ ਪੰਜਾਬ ਵਿੱਚ ਮੋੜ ਲੱਗਣ ਲੱਗੇ ਠਿਕਰੀ ਪੈਰੇ ਸਰਕਾਰੀ ਫਰਮਾਨ ਹੋਇਆ جاری ਜੇ ਆਨ ਦੋਸਤੋ ਬਧੀਕਾ ਜ਼ਿਲ੍ਹਾ ਮੈਜਿਸਟ੍ਰੇਟ ਜਲੰਧਰ ਮੇਜਰ ਡਾਕਟਰ ਅਮਿਤ ਮਹਾਜਨ ਦੇ ਵੱਲੋਂ ਪੰਜਾਬ ਵਿਲੇਜ ਐਟੇ ਸਮਾਲ ਟਾਊਨ ਜਾਂ ਪੈਟਰੋਲ ਐਕਟ 1918 ਦੇ ਧਾਰਾ 3 ਅਤੇ ਫੌਜਦਾਰੀ ਜਾਬਤਾ ਸੰਘਤਾ ਅਨੁਸੂਚੀ 73 ਦੇ ਧਾਰਾ 144 ਦੇ ਅਧੀਨ ਪ੍ਰਾਪਤ ਹੋਏ ਅਧਿਕਾਰ ਨੇ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ ਦੀ ਹਦੂਦ ਦੇ ਅੰਦਰ ਪੈਂਦੀਆਂ ਸਮੂਹ ਤਹਿਸੀਲਾਂ ਸਬ ਤਹਿਸੀਲਾਂ ਦੇ ਸਾਰੇ ਕਸਬਿਆਂ ਤੇ ਪਿੰਡਾਂ ਦੇ ਵਿੱਚ ਠਿਕਰੀ ਪਹਿਰੇ ਲਾਉਣ ਦੇ ਹੁਕਮ ਦਿੱਤੇ ਗਏ ਹਨ ਹੁਕਮਾਂ ਦੇ ਅਨੁਸਾਰ ਨਰੋਹੀ ਸਿਹਤ ਵਾਲੇ ਸਾਰੇ ਬਾਲਗ ਵਿਅਕਤੀ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਦੇ ਲਈ ਹਰ ਰੋਜ਼ ਸ਼ਾਮ 8 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਗਸ਼ਤ ਠਿਕਰੀ ਪੈਰਾ ਰਾਕੇ ਦੇ ਡਿਊਟੀ ਨਿਭਾਉਣਾ ਤੇ ਇਹ ਠਿਕਰੀ ਪੈਰਾ ਧਾਰਮਿਕ ਸਥਾਨਾਂ ਤੇ ਉੱਚੇਚੇ ਤੌਰ ਤੇ ਲਗਾਉਂਦੇ ਆਦੇਸ਼ ਜਾਰੀ ਕੀਤੇ ਗਏ ਹਨ ਕਿਰਬਾਲ ਦੇ ਗ੍ਰਿਫਤਾਰੀ ਨੂੰ ਲੈ ਕੇ ਸੁਨੀਤਾ ਨੇ ਐਮਰਜੈਂਸੀ ਦਾ ਕੀਤਾ ਐਲਾਨ ਜਾਂ ਨੋਸਟਿਕਸਾਈਜ਼ ਨੀਤੀ ਕਪੜੇ ਦੇ ਵਿੱਚ ਅੱਜ ਜਾਨੀ ਵੱਧਵਾ ਨੂੰ ਸੀਬੈ ਨੇ ਅਰਵਿੰਦਾ ਕੇਰੀਵਾਲ ਨੂੰ ਗ੍ਰਿਫਤਾਰ ਕੀਤਾ ਕੇਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਪਾਸੇ ਆਮ ਅਮੀ ਪਾਰਟੀ ਦੇ ਵਿੱਚ ਗੁੱਸਾ ਹੈ ਉੱਥੇ ਦੂਜੇ ਪਾਸੇ ਸੁਨੀਤਾ ਕੇਰੀਵਾਲ ਪਰੇਸ਼ਾਨ ਹੈ ਸੁਨੀਤਾ ਨੇ ਆਪਣੇ ਪਤੀ ਕੇਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਕਹਿ ਕੇ ਕਿ ਇਹ ਕਾਨੂੰਨੀ ਤਨ ਸਹੀ ਹੈ ਸੁਨੀਤਾ ਕੇਰੀਵਾਲ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਹਿ ਕੇ 20 ਜੂਨ ਨੂੰ ਅਰਵਿੰਦਾ ਕੇਰੀਵਾਲ ਨੂੰ ਜ਼ਮਾਨਤ ਮਿਲ ਗਈ ਇਸ ਈਡੀ ਨਾਲ ਤੁਰੰਤ ਤੇ ਲੈ ਲਿਆ ਅਗਲੇ ਦਿਨ ਸੀਬੀਆਈ ਨੇ ਉਹਨਾਂ ਨੂੰ ਮੋਲਜਮਾ ਬਣਾ ਦਿੱਤਾ ਤੇ ਅੱਜ ਗ੍ਰਿਫਤਾਰ ਕਰ ਲਿਆ ਪੂਰਾ ਸਿਸਟਮ ਇਹ ਜਿਕੇ ਨਿਮਣਾਉਣ ਦੇ ਕੋਸ਼ਿਸ਼ ਕਰ ਰਿਹਾ ਕਿ ਵਿਅਕਤੀ ਜੇਲ੍ਹ ਤੋਂ ਬਾਹਰ ਨਾ ਆਵੇ ਇਹ ਕਾਨੂੰਨ ਨਹੀਂ ਆ ਇਹ ਤਾਂ ਨਹੀਂ ਹੈ ਇਹ ਐਮਰਜੈਂਸੀ ਹੈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰੇ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹਨ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਹੋਏ ਘੰਟਾਲ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਕੇਂਦਰ ਦੇ ਵੱਲੋਂ ਸੂਬੇ ਦੇ ਫੰਡ ਜਾਣਬਜ ਕੇ ਰੋਕਣ ਦਾ ਮੁੱਦਾ ਲੋਕ ਸਭਾ ਦੇ ਬੈਤਾਂ ਯੋਰਦਾਰ ਟੰਗ ਦੇ ਨਾਲ ਉਠਾਇਆ ਜਾਵੇਗਾ ਮੀਤ ਹੇਅਰ ਪਾਇਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਤੇ ਸੂਬੇ ਦੇ ਵਿੱਤੀ ਹਿੱਤਾਂ ਨੂੰ ਢਾਹ ਲਾਉਣ ਦੇ ਲਈ ਮਨਸੂਬੇ ਤਹਿਤ ਕੰਮ ਕਰਨ ਦਾ ਦੋਸ਼ ਲਾਉਂਦਿਆਂ ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਗਰਮੀਤ ਸੰਘਾ ਮੀਤ ਨੇ ਕਹਿ ਕੇ ਕੇਂਦਰ ਦੇ ਵੱਲੋਂ ਪਿੰਡ ਵਿਕਾਸ ਫੰਡ ਅਤੇ ਮੰਡੇ ਵਿਕਾਸ ਫੰਡ ਦਾ 7000 ਕਰੋੜ ਰੁਪਏ ਤੇ ਕੌਮੀ ਸਿਹਤ ਮਿਸ਼ਨ ਸਰਬ ਸਿੱਖਿਆ ਅਭਿਆਨ ਅਤੇ ਹੋਰ ਕੇਂਦਰੀ ਸਕੀਮਾਂ ਤਹਿਤ ਸੁਭਰੇ ਫੰਡਾਂ ਦੇ ਕੇਂਦਰ ਦੇ ਦੁਆਰਾ ਜਾਣਬੁੱਝ ਕੇ ਰੋਕਣ ਦਾ ਮੁੱਦਾ ਪਾਰਲੀਮੈਂਟ ਦੇ ਵਿੱਚ ਯੋਰਦਾਰ ਟੰਗ ਦੇ ਨਾਲ ਉਠਾਉਣਗੇ ਅੱਜ ਇਥੇ ਮੀਡੀਆ ਦੇ ਨਾਲ ਗੱਲਬਾਤ ਕਰਦਾ ਮੀਤ ਇਹਨਾਂ ਕਹਿ ਕੇ ਕੇਂਦਰ ਦੇ ਵੱਲੋਂ ਪੰਜਾਬ ਦੇ ਵਿੱਤੀ ਹੱਕਾਂ ਤੇ ਕੇਂਦਰ ਦੇ ਹੋਰ ਹੈ ਐਲਸਾ ਹਮਲੇ ਦੇ ਖਿਲਾਫ ਜ਼ੋਰਦਾਰ ਆਵਾਜ਼ ਉਠਾਉਣਗੇ ਜਦੋਂ ਤੱਕ ਸੂਬੇ ਨੂੰ ਇਨਸਾਫ ਨਹੀਂ ਮਿਲ ਜਾਂਦਾ ਪੰਜਾਬ ਦੇ ਵਿੱਚ 10 ਜੁਲਾਈ ਨੂੰ ਸਰਕਾਰੀ ਛੁੱਟੀ ਸਰਕਾਰ ਦਾ ਵੱਡਾ ਐਲਾਨ ਪੰਜਾਬ ਸਰਕਾਰ ਦੇ ਵੱਲ ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੇ ਵੋਟਰਾਂ ਜੋ ਕਿ ਦੁਕਾਨਾਂ ਤੇ ਵਪਾਰਕਦਾਰਾਂ ਵਿੱਚ ਕੰਮ ਕਰਦੇ ਹਨ ਤੇ ਫੈਕਟਰੀਆਂ ਦੇ ਕਾਮੇ ਹਨ ਲਈ ਨੂੰ ਜਿਮਣੀ ਚੋਣ ਦੇ ਮੱਦੇ ਨਜ਼ਰ 10 ਜੁਲਾਈ 2024 ਦਿਨ ਬੁੱਧਵਾਰ ਨੂੰ ਤਨਖਾਹ ਸਮੇਤ ਛੋਟੇ ਦਾ ਐਲਾਨ ਕੀਤਾ ਗਿਆ ਤੇ ਇਸ ਸਬੰਧੀ ਜਾਣਕਾਰ ਦਿੰਦਿਆ ਸਰਕਾਰੀ ਬੁਲਾਰਨ ਦੱਸਿਆ ਕਿ ਇਸ ਸਬੰਧੀ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਅਤੇ ਇਹਨਾਂ ਨੋਟੀਫਿਕੇਸ਼ਨਾਂ ਦੇ ਮੁਤਾਬਕ ਪੰਜਾਬ ਦੇ ਰਾਏਪਾਲ ਦੇ ਬਲੋ ਚੌਥੇ ਜਲੰਧਰ ਪੱਛਮੀ ਐਸਸੀ ਹਲਕੇ ਦੀਆਂ ਸਾਰੀਆਂ ਦੁਕਾਨਾਂ ਤੇ ਵਪਾਰਕ ਆਦਾਰਾਂ ਦੇ ਵੋਟਰਾਂ ਦੇ ਲਈ 10 7 2024 ਦਿਨ ਬੁੱਧਵਾਰ ਨੂੰ ਤਨਖਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਬਸਰ ਅਤੇ ਕਿ ਇਹ ਛੁੱਟੇ 7 ਜੁਲਾਈ 2024 ਤੇ 13 ਜੁਲਾਈ 2024 ਦੇ ਦਰਮਿਆਨ ਆਉਣ ਵਾਲੀ ਛੁੱਟੀ ਦੇ ਇਵਜ ਵਿੱਚ ਹੋਵੇਗੀ। ਸਰਕਾਰ ਇਹਨਾਂ ਪਰਿਵਾਰਾਂ ਨੂੰ ਦੇ ਰਹੀ ਆ ਪਲਾਟਾਂ ਦਾ ਤੋਹਫਾ ਇਸ ਤਰ੍ਹਾਂ ਕਰੋ ਅਪਲਾਈ। ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਲੋਕਾਂ ਦੇ ਲਈ ਸਰਕਾਰ ਵੱਖ-ਵੱਖ ਜੋਇਨਾਮਾ ਚਲਾਰੀਏ ਇਸ ਲੜੀ ਦੇ ਵਿੱਚ ਹਰਿਆਣਾ ਸਰਕਾਰ ਨੇ। ਗਰੀਬਾਂ ਨੂੰ ਵੱਡਾ ਤੋਹਫਾ ਦਿੱਤਾ ਸਵੇਰੇ ਮੌਕਮਾਂਤਰੀ ਨਾਇਬ ਸੰਘਾ ਸੈਣੀ ਨੇ ਮੌਕਮਾਂਤਰੀ ਸ਼ਹਿਰੀ ਆਬਾਦ ਜੋਇਨਾ ਤਹਿਤ ਗਰੀਬਾਂ ਨੂੰ ਮਕਾਨ ਦੇਣ ਦਾ ਐਲਾਨ ਕੀਤਾ ਹੈ। ਨਾਇਬ ਰਾਜ ਸੰਘਾ ਸਣੀ ਦੇ ਅਨੁਸਾਰ ਮੁੱਖ ਮੰਤਰੀ ਸ਼ਰੀ ਅਬਾਸ ਜੋਇਨਾ ਤਹਿਤ ਪਹਿਲੇ ਪੜਾਅ ਦੇ ਵਿੱਚ 14 ਸ਼ਰਨ ਵਿੱਚ ਡਰਾਅ ਦੇ ਰਾਹੀਂ 15200 ਪਲਾਟ ਵੰਡੇ ਜਾਣਗੇ ਮੁੱਖ ਮੰਤਰੀ ਨਾਇਬ ਰਾਜ ਸਣੀ ਨੇ ਕਹਿ ਕੇ ਮੁੱਖ ਮੰਤਰੀ ਸ਼ਰੀ ਅਬਾਸ ਜੋਇਨਾ ਤਹਿਤ ਹਰਿਆਣਾ ਦੇ ਹਰ ਗਰੀਬ ਦਾ ਆਪਣਾ ਘਰ ਬਣਾਉਂਦਾ ਸੁਪਨਾ ਪੂਰਾ ਹੋਵੇਗਾ ਇਸ ਸਕੀਮ ਦੇ ਤਹਿਤ ਪਹਿਲੇ ਪੜਾਅ ਦੇ ਵਿੱਚ 14 ਸ਼ਰਨ ਵਿੱਚ ਡਰਾਅ ਦੇ ਰਾਹੀਂ 15200 ਪਲਾਟ ਵੰਡੇ ਜਾਣਗੇ ਪਹਿਲੇ ਪੜਾ ਦੇ ਤਹਿਤ ਦਾ ਹਰਿਆਣਾ ਦੇ ਚਰਕੇ ਦਾਦਰੀ ਚੱਜਰ ਸਰਸਾ ਫਤਿਹਵਾਦ ਜੁਲਾਨਾ ਪੰਜਾਰਾ ਮਹਿੰਦਰਗੜ੍ਹ ਸਫੀਦੋ ਗਹਾਨਾ ਜਗਾਦਰੀ ਰਵਾੜੀ ਤੋਂ ਬਿਨਕਾਰ ਨੂੰ ਡਰਾਦਰਾਹੀ ਪਲਾਟ ਲਾਟ ਕਿਤੇ ਜਾਣਗੇ ਹਾਲਾਂਕਿ ਤੇ ਧਿਆਨ ਦੇ ਵਿੱਚ ਰੱਖਣ ਵਾਲੀ ਗੱਲ ਇਹ ਆ ਕਿ ਡਰਾ ਸਿਰਫ ਉਹਨਾਂ ਲਈ ਖੁੱਲੇਗਾ ਜਿਨ੍ਹਾਂ ਨੇ ਫਰਵਰੀ 2024 ਦੇ ਵਿੱਚ ਪਲਾਟ ਬੁੱਕ ਕੀਤਾ ਸੀ ਇਸ ਤੋਂ ਇਲਾਵਾ ਹਰਿਆਣਾ ਦੇ ਪਲਵਲ ਤੋਂ ਰੋਹਤਕ ਦੇ ਵਿੱਚ ਮੁੱਖ ਤੌਰ ਤੇ ਖਾਨਵਦੋਸ਼ ਜਾਤੀ ਵੈਦਬਾਵਾ ਅਤੇ ਉਹਨਾਂ ਸੂਚਿਆ ਤਾਂ ਜਾਤੀ ਦੇ ਨਾਲ ਸੰਬੰਧਤਾ ਬਿਨੈਕਾਰਾਂ ਨੂੰ ਡਰਾਅ ਦਰਹੀਂ ਪਲਾਟ ਅਲਾਟ ਕੀਤੇ ਜਾਣਗੇ ਅਤੇ ਇਸ ਵਿੱਚ ਵੀ ਡਰਾਅ ਸਿਰਫ ਉਹਨਾਂ ਲਈ ਹੋਵੇਗਾ ਜਿਨ੍ਹਾਂ ਨੇ ਫਰਵਰੀਅਰ ਮਹੀਨੇ ਵਿੱਚ ਬੁਕਿੰਗ ਕਰਵਾਈ ਹੈ ਹਰਿਆਣਾ ਸਰਕਾਰ ਨੇ ਅਧਿਕਾਰਤ ਵੈਬਸਾਈਟ hfa.haryana.gov.in ਰਾਹੀਂ ਜਾਰੀ ਕੀਤਾ ਅਤੇ ਇਸ ਬਾਰੇ ਸੜ ਦੇ ਰਾਹੀਂ ਤੁਸੀਂ ਇਸ ਸਕੀਮ ਦੇ ਨਾਲ ਜੁੜੇ ਸਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ ਕਰ ਬੈਠੇ ਸਾਨੀਦ ਨਾਲ ਬਣ ਜਾਵੇਗਾ ਤੁਹਾਡੇ ਬੱਚੇ ਦਾ ਜਨਮ ਸਰਟੀਫਿਕੇਟ ਆਧਾਰ ਕਾਰਡ ਬਹੁਤ ਜ਼ਰੂਰੀ ਦਸਤਾਵੇਜ਼ ਆ ਪਰ ਇਸ ਤੋਂ ਪਹਿਲਾਂ ਬੱਚਿਆਂ ਦਾ ਜਨਮ ਸਰਟੀਫਿਕੇਟ ਬਹੁਤ ਜ਼ਰੂਰੀ ਦਸਤਾਵੇਜ਼ ਆ ਬੱਚਿਆਂ ਨੇ ਜਨਮ ਤੋਂ ਬਾਅਦ ਕੁਝ ਆ ਕਾਨੂੰਨੀ ਦਸਤਾਵੇਜ਼ ਆ ਤਿਆਰ ਕਰਨੇ ਪੈਂਦੇ ਹਨ ਤੇ ਇਹਨਾਂ ਦੇ ਵਿੱਚੋਂ ਇੱਕ ਜਨਮ ਸਰਟੀਫਿਕੇਟ ਹੈ ਜਨਮ ਸਰਟੀਫਿਕੇਟ ਦੇ ਬਾਰੇ ਤੋਂ ਸਰਕਾਰੀ ਅਤੇ ਗੈਰ ਸਰਕਾਰੀ ਉਦੇਸ਼ਾਂ ਦੇ ਨਾਲ-ਨਾਲ ਸਕੂਲਾਂ ਤੇ ਕਾਲਜ ਦੇ ਦਾਖਲੇ ਲਈ ਕੀਤੇ ਜਾਂਦੇ ਆ ਜਨਮ ਸਰਟੀਫਿਕੇਟ ਬਣਾਉਣ ਦੇ ਪ੍ਰਕਿਰਿਆ ਹੁਣ ਕਾਫੀ ਆਸਾਨ ਹੋ ਗਿਆ ਤੁਸੀਂ ਸਾਨਿਤ ਦੇ ਨਾਲ ਘਰ ਬੈਠੇ ਆਪਣੇ ਬੱਚੇ ਦਾ ਜਨਮ ਸਰਟੀਫਿਕੇਟ ਬਣਵਾ ਸਕਦੇ ਹੋ ਆਫਲਾਈਨ ਅਰਜੀ ਦੇ ਨਾਲ ਜਨਮ ਸਰਟੀਫਿਕੇਟ ਲਈ ਆਨਲਾਈਨ ਅਰਜੀ ਵੀ ਬਹੁਤ ਜ਼ਰੂਰੀ ਹੈ ਆਫਲਾਈਨ ਐਪਲੀਕੇਸ਼ਨ ਦੇ ਲਈ ਤੁਹਾਨੂੰ ਸਰਕਾਰੀ ਦਫ਼ਤਰ ਜਾਣਾ ਹੋਵੇਗਾ ਮਾਨਹਾਨੀ ਦੇ ਮਾਨ ਰਵੇਚਾ ਹੋਣਾ 2 ਜੁਲਾਈ ਨੂੰ ਹੋਵੇਗੀ ਰਾਹੁਲ ਗਾਂਧੀ ਦੇ ਸੰਵਾਈ ਕਾਂਗਰਸ ਨੇਤਾ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਦੇ ਖਿਲਾਫ ਚੱਲ ਰੇ ਮਾਨਹਾਨੀ ਦੇ ਮਾਨ ਰਵੇਚਾ ਪਾਰਟੀ ਬਣਨ ਦੀ ਅਰ ਜੇ ਅੱਜ ਸਪੈਸ਼ਲ ਮੈਜਿਸਟ੍ਰੇਟ ਸ਼ੁਭਮ ਬਾਰਮਣ ਨੇ ਹਾਰਜ ਕਰ ਦਿੱਤੇ ਅਗਲੀ ਪੇਸ਼ੀ 2 ਜੁਲਾਈ ਨੂੰ ਤੈਅ ਕਰਦੇ ਸੰਸਦ ਮੈਂਬਰ ਨੂੰ ਪੇਸ਼ ਹੁੰਦੇ ਹੁਕਮ ਦਿੱਤੇ ਹਨ ਵਿਸ਼ੇਸ਼ ਸਰਕਾਰੀ ਵਕੀਲਾ ਭੈਵਾਵਾ ਪਾਂਡੇ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਦਰਨ ਕਾਂਗਰਸ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਬੈਂਗਲੁਰੂ ਦੇ ਬਾਟਾ ਪ੍ਰੈਸ ਕਾਨਫਰੰਸ ਕੀਤੀ ਸੀ ਦੋਸ਼ ਕਿ ਉਹਨਾਂ ਨੇ ਭਾਇ ਭਾ ਦੇ ਤਤਕਾਲੀ ਰਾਟਰੀ ਪ੍ਰਧਾਨ ਅਤੇ ਮੌਜੂਦਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਖਿਲਾਫ ਇਤਰਾਜਯੋਗ ਟਿੱਪਣੀ ਕੀਤੀ ਸੀ ਉਹਨਾਂ ਨੂੰ ਕਾਤਲਕਿਆ ਗਿਆ ਸੀ CRPF, BSF, CISF, ਅਸਿਸਟੈਂਟ ਕਮਾਂਡੈਂਟ ਭਾਰਤੀ ਪ੍ਰੀਖਿਆ ਦੇ 1.5 ਸੀਟਾਂ ਜਾਰੀ 506 ਅਸਾਮੀਆਂ ਜੀ ਆ ਨਸਤੋ ਜੇਕਰ ਤੁਸੀਂ CRPF, BSF, CISF, IT, BP ਅਤੇ SSB ਦੇ ਵਿੱਚ ਅਸਿਸਟੈਂਟ ਕਮਾਂਡੈਂਟ ਦੀ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ GPSC CAPF 2024 ਪ੍ਰੀਖਿਆ ਪਾਸ ਕਰਨੀ ਪਵੇਗੀ ਤਾਂ ਹੀ ਕੋਈ ਸਹਾਇਕ ਕਮਾਂਡੈਂਟਾ ਦੀ ਨੌਕਰੀ ਹਾਸਲ ਕਰਨ ਦਾ ਆਪਣਾ ਸੁਪਨਾ ਪੂਰਾ ਕਰ ਸਕਦਾ ਹੈ ਇਸ ਦੇ ਲਈ ਜੂਨੀਅਰ ਪਬਲਿਕ ਸਰਵੇ ਸਰਕ ਕਮਿਸ਼ਨ ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲਣ ਦੇ ਅਸਿਸਟੈਂਟ ਕਮਾਂਡੈਂਟ ਦੀ ਭਰਤੀ ਪ੍ਰੀਖਿਆ ਦੀ ਮਿਤੀ ਜਾਰੀ ਕੀਤੀ ਹੈ ਇਹ ਪ੍ਰੀਖਿਆ 4 ਅਗਸਤ 2024 ਨੂੰ ਕਰਵਾਈ ਜਾਵੇਗੀ ਜਿਹੜੇ ਉਮੀਦਵਾਰ ਇਸ ਪ੍ਰੀਖਿਆ ਦੇ ਲਈ ਬੈਟਣ ਜਾ ਰਹੇ ਹਨ ਤੋਂ ਅਧਿਕਾਰਤ ਵੈੱਬਸਾਈਟ upsc.gov.in ਤੇ ਜਾ ਕੇ upsc cafp 2024 ਪ੍ਰੀਖਿਆ ਦੇ ਲਈ ਵਿਸਤ੍ਰਿਤ ਸਮਾਂ ਸਾਰਣੀ ਵੇਖ ਸਕਦੇ ਹਨ ਭਿਆਨਕ ਗਰਮੀ ਵਿਚਾਲੇ ਪੰਜਾਬ ਦੇ ਸਕੂਲਾਂ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਅਹਿਮ ਖਬਰ ਮੌਸਮ ਵਿਭਾਗ ਦੇ ਮੁਤਾਬਕ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਰੀਪਰਾ ਪ੍ਰੀਰਕੋਟਾ ਮਕਸਰ ਫਾਜ਼ਿਲਕਾ ਮੋਗਾ ਬਠਿੰਡਾ ਬਰਨਾਲਾ ਮਾਨਸਾ ਲੁਧਿਆਣਾ ਤੇ ਸੰਗਰੂਰ ਦੇ ਜ਼ਿਲ੍ਹਿਆਂ ਵਿੱਚ ਹੀਟ ਵੇਵ ਅਲਰਟ ਦੱਸਦੇ ਕਿ ਮੰਗਲਵਾਰ ਨੂੰ ਪੰਜਾਬ ਦੇ ਵਿੱਚ ਬੱਤਵਾਦ ਦਾ ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ ਸੀ ਇਸ ਤੋਂ ਸੰਕੇਤ ਆ ਮੈਰੀਨ ਕਉਣ ਵਾਲੇ ਦਿਨਾਂ ਦੇ ਵਿੱਚ ਜਾਂ ਮੌਸਮ ਦੇ ਵਿੱਚ ਬਦਲਾਅ ਹੋਵੇਗਾ ਉੱਥੇ ਜਲੰਧਰ ਜ਼ਿਲ੍ਹੇ ਦੇ ਵਿੱਚ ਬੱਤਵਾਦ ਦਾ ਤਾਪਮਾਨ 40.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਘੱਟੋ ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ ਪਿਛਲੇ 24 ਘੰਟਿਆਂ ਦੇ ਦੌਰਾਨ ਤਾਪਮਾਨ ਦੇ ਵਿੱਚ ਲਗਭਗ 1.3 ਡਿਗਰੀ ਦਾ ਬਦਲਾਅ ਹੋਇਆ ਹੈ ਅਜਿਹੇ ਬਹਿਤ ਚਬ ਵਿਦਿਆਰਥੀ ਤੇ ਮਾਪੇ ਛੁੱਟੀਆਂ ਵਧਨ ਦੀ ਉਮੀਦ ਕਰ ਰਹੇ ਹਨ ਕਿਉਂਕਿ ਭਾਰਤੀ ਮੌਸਮ ਵਿਭਾਗ ਨੇ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਆਈਐਮਡੀ ਨੇ ਤਾਪਮਨ ਵਿੱਚ ਜਾਂ ਮਾਮੂਲੀ ਗਰਾਵਟ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ 28 ਜੂਨ ਨੂੰ بارش ਦੀ ਪੁਅ ਇੱਕ ਬਾਣੀ ਜਾਰੀ ਕੀਤੀ ਆ ਜਿਸ ਦੇ ਨਾਲ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਹੈ ਮੌਸਮ ਦੇ ਇਨ੍ਹਾਂ ਨਵੇਂ ਬਦਲਾਅ ਦੇ ਨਾਲ ਗਰਮੀਆਂ ਦੀਆਂ ਛੁੱਟੀਆਂ ਵਧਨ ਦੀ ਸੰਭਾਵਨਾ ਘਟਦੇ ਨਜ਼ਰ ਆ ਰਹੀ ਹੈ ਸਕੂਲ ਦੇ ਪ੍ਰਸ਼ਾਸਨ ਨੇ ਅੱਜੇ ਅੰਤਿਮਾ ਫੈਸਲਾ ਲੈਣਾ ਤੇ ਪਰ ਮੌਸਮਾਂ ਦੇ ਵਿੱਚ ਸੁਧਾਰ ਦਾ ਸੰਕੇਤ ਹੈ ਕਿ ਕਲਾਸਾਂ 1 ਜੁਲਾਈ ਨੂੰ ਨਿਰਧਾਰਤ ਸਮੇਂ ਦੇ ਅਨੁਸਾਰ ਮੜ ਸ਼ੁਰੂ ਹੋ ਸਕਦੀਆਂ ਹਨ। ਅਗਲੀ ਖਬਰ ਹੈ ਪੰਜਾਬ ਨੇ ਪ੍ਰਾਲੀ ਸੜਨ ਦੀ ਸਮੱਸਿਆ ਦੇ ਹੱਲ ਦੇ ਲਈ 500 ਕਰੋੜ ਰੁਪਏ ਦੇ ਕਾਰਜ ਜੋਇਨਾ ਉਲੇਕੀ। ਮੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਦੇ ਵਿੱਚ ਜਾਂ ਫਸਲੇ ਰਹਿਣ ਖੂੰਦਾ ਸੜਨ ਦੀਆਂ ਘਟਨਾਵਾਂ ਨੂੰ ਪੂਰੇ ਤਰ੍ਹਾਂ ਦੇ ਨਾਲ ਰੋਕਣ ਦੇ ਲਈ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਪলাই ਵਿਭਾਗ ਦੇ ਵੱਲੋਂ ਚੌਣ ਦੇ ਕਟਾਈ ਦੇ ਸੀਜ਼ਨ 2024 ਦੌਰਾਨ ਪ੍ਰਾਲੀ ਦੇ ਸਚੱਜੇ ਪ੍ਰਬੰਧਨ ਦੇ ਲਈ ਮਸ਼ੀਨਰੀ ਅਤੇ ਹੋਰ ਉਪਾਅ ਪ੍ਰਦਾਨ ਕਰਨ ਵਾਸਤੇ 500 ਕਰੋੜ ਰੁਪਏ ਦੀ ਕਾਰਜ ਯੋਜਨਾ ਬਣਾਈ ਗਈ ਹੈ ਇਸ ਸਬੰਧੀ ਜਾਣਕਾਰ ਦਿੰਦਾ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਪلاء ਮੰਤਰੀ ਗਰਮੀਤ ਸਿੰਘਾ ਕੋਡਗਣ ਦੱਸਿਆ ਕਿ ਵਿਭਾਗ ਨੂੰ ਸੌਣੀ ਸੀਜ਼ਨ 2024 ਦੌਰਾਨ ਫਸਲੀ ਰਹਿਣਕੂੰਦਾ ਪ੍ਰਬੰਧਨ ਸੀਆਰਐਮਾ ਮਸ਼ੀਨਾ ਤੇ ਸਬਸਿਡੀ ਪ੍ਰਾਪਤ ਕਰਨ ਦੀ ਇੱਛਾ ਕਕ ਕਿਸਾਨਾ ਸਹਿਕਾਰੀ ਸੁਸਾਇਟੀਨਾ FPO ਜਾਂ ਅਤੇ ਪੰਚਾਇਤਾਂ ਦੇ ਵੱਲੋਂ 21511 ਅਰਜ਼ੀਆਂ ਪ੍ਰਾਪਤ ਹੋਣਾਂ ਤੇ ਕਿਸਾਨਾਂ ਨੇ 36797 ਮਸ਼ੀਨਾਾਂਾਂ ਦੇ ਲਈ ਅਰਜ਼ੀਆਂ ਦਿੱਤੀਆਂ ਹਨ ਉਹਨਾਂ ਦੱਸਦਾ ਕਿ ਵਿਅਕਤੀਗਤਾ ਕਿਸਾਨ CRM ਮਸ਼ੀਨਰੀ ਤੇ 50 ਫੀਸਦੀ ਸਬਸਿਡੀ ਲੈ ਸਕਦੇ ਹਨ ਜਦੋਂ ਕਿ ਐਸ ਜੋਇਨਾ ਦੇ ਨਿਯਮਾਂ ਦੇ ਮੁਤਾਬਕ ਸਹਿਕਾਰੀ ਸੁਸਾਇਟੀਆਂ FPO ਜਾਂ ਅਤੇ ਪੰਚਾਇਤਾਂ 80 ਫੀਸਦੀ ਸਬਸਿਡੀ ਲੈ ਸਕਦੀਆਂ ਹਨ